किसान मजदूर संघर्ष कमेटी का सूबा जन सकत्र बोलता जी। अज असी जड़ा वा अमृतसर तो जड़ी गंगा नगर हाईवे जाती है उत्थे खड़े हाँ, तो इत्थे जड़ा वा तुसीं देख रहे हो मोदी सरकार का जड़ा वा अर्थी फूक मुजारा कर रहे हैं। लखीमपुर खीरी वाली घटना जिहड़े दोषी आ हजे तक उन्होंने भी जड़ी आ सज़ा नहीं दी गई, तो जड़िया रोज़ ही पेट्रोल डीजल दियां कीमतां वा उन्हां विच भी जड़ा वा उह लगातार जड़ा वा वाधा किया जा रहा वा। तो ये गल्लां नूं लैके तो कल दी जड़ी आ तैयारी जड़ी आ किसान मजदूर संघर्ष कमेटी कर रही है, जड़ा कल पूरे देश दे विच लखीमपुरी खीरी दी घटना नूं लैके जड़ा वा ते ए तो गां पूरे पंजाब दे डीसी दफ्तरां च जड़े आ असी घराओ करने आ, उहदे विच नाल दी नाल जड़ा वा जड़ा इत्थे बेमौसमी बारिश होई आ उहदे करके किसानां दा जिन्ना ज़्यादा नुकसान होया वा जड़ा वा मंडियां विच जड़ी किसानां दी आ ਉਹ ਲਗਾਤਾਰ ਜਿਹੜੀ ਆ ਉਹ ਲੁੱਟ ਹੋ ਰਹੀ ਆ, ਤਾਂ ਇਹਦੇ ਨਾਲ ਜਿਹੜੀ DAP ਖਾਦ ਆ ਉਹਦੀ ਵੀ ਬਲੈਕਮੇਲ ਹੋ ਰਹੀ ਆ। ਤਾਂ ਮੈਂ ਤੁਹਾਨੂੰ ਇੱਕ ਇੱਕ ਮਿੰਟ ਦੇ ਵਿੱਚ ਤੁਹਾਡੇ ਕਿਸਾਨ ਆਗੂਆਂ ਨਾਲ ਗੱਲ ਕਰਾ ਕੇ ਨਿਸ਼ਾਨ ਸਾਹਿਬ ਚੱਬਾ ਨੇ ਇਹਨਾਂ ਨੂੰ ਕਹਿੰਦੇ ਵੀ ਅੱਜ ਦਾ ਪ੍ਰੋਗਰਾਮ ਕਿਉਂ ਕਿਉਂ ਕੀਤਾ ਜਾ ਰਿਹਾ, ਕੀ ਗੱਲਬਾਤ ਹੈ ਜੀ? ਇਹ ਦੇਖੋ ਜਿਹੜਾ ਆਉਣਾ ਸਮੇਂ ਤੁਹਾਨੂੰ ਜਿਹੜੀ ਮੁਸ਼ਕਲ ਆ ਰਹੀਆਂ ਵਾ, ਬਾਰਿਸ਼ ਪੈਣ ਕਰਕੇ ਜਿਹੜੀ ਫਸਲ ਖਰਾਬ ਹੋ ਗਈ, ਗੜੇਬਾੜੀ ਹੋ ਗਈ ਆ, ਉਹਦੇ ਕਾਰਨ ਕਰਕੇ ਜਿਹੜਾ ਅਸੀਂ ਪੁਤਲਾ ਫੂਕ ਰਹੇ ਹਾਂ, ਅਤੇ ਜਿਹੜਾ ਡੀਜ਼ਲ ਦੀਆਂ ਕੀਮਤਾਂ ਜਿਹੜੀ ਰੋਜ਼ ਵੱਧ ਰਹੀਆਂ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਇਹਨਾਂ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਹਾਂ। ਹਾਂਜੀ, ਇਹਦੇ ਨਾਲ ਦੀ ਨਾਲ ਜਿਹੜਾ ਵਾ ਮੈਂ ਲਖਵਿੰਦਰ ਸਿੰਘ ਵਰਿਆਮ ਨੰਗਲ ਤੁਹਾਡੀ ਉਹਦੇ ਨਾਲ ਗੱਲ ਕਰਾ ਦਿੰਦੇ, ਮੈਂ ਪਹਿਲਾਂ ਦੱਸਦਾ ਜੀ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਅਤੇ ਇਸ ਕਰਕੇ ਉਹ ਆਪਣੀ ਗੱਲ ਰੱਖਣ ਕੀ ਕਹਿਣਾ ਚਾਹੁੰਦੇ ਆ। ਹਾਂ, ਅੱਜ ਜਿਹੜਾ ਇੱਥੇ ਪੁਤਲਾ ਫੂਕਿਆ ਜਾ ਰਿਹਾ ਵਾ ਉਹ ਆ ਵੀ ਜੋ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਸੀ ਉਹਦੇ ਵਿੱਚ ਅੱਜ ਤੱਕ ਅਜੇ ਮਿਸ਼ਰਾ ਜਿਹੜਾ ਉਹ ਸਰਕਾਰ ਤੋਂ ਬਰਖਾਸਤ ਨਹੀਂ ਕੀਤਾ ਗਿਆ, ਜਦੋਂ ਕਿ ਉਹਦੇ 120B ਦੀ ਧਾਰਾ ਲੱਗੀ ਆ ਅਤੇ ਉਹਨੂੰ ਸਰਕਾਰ ਤੋਂ ਬਰਖਾਸਤ ਕਰਕੇ ਉਹਨੂੰ ਜੇਲ੍ਹ ਵਿੱਚ ਸੁੱਟਣਾ ਜਿਹੜਾ ਬਣਦਾ ਸੀ। ਦੂਸਰਾ ਵਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਵਾ, DAP ਖਾਦ ਦੀ ਬਹੁਤ ਵੱਡੀ ਕਿਲਤ ਆ, ਬਹੁਤ ਵੱਡੀ ਲੁੱਟ ਹੋ ਰਹੀ ਆ, ਮੰਡੀਆਂ ਦੇ ਝੋਨੇ ਦੀ ਲੁੱਟ ਹੋ ਰਹੀ ਆ, ਗੜੇਮਾਰੀ ਨੇ ਜਿਹੜਾ ਵਾ ਬਾਸਮਤੀ ਦਾ ਬਹੁਤ ਵੱਡਾ ਨੁਕਸਾਨ ਕੀਤਾ, ਉਹਦੀਆਂ ਗਰਦਾਵਰੀਆਂ ਕਰਵਾ ਕੇ ਮੁਆਵਜ਼ਾ ਜਿਹੜਾ ਤੁਰੰਤ ਸਰਕਾਰ ਦੇਵੇ। ਹਾਂਜੀ, ਇਹ ਜੀ ਰਣਜੀਤ ਸਿੰਘ ਕਲੇਰਵਾਲਾ ਇਹ ਵੀ ਇੱਥੇ ਖੜੇ ਆ, ਤੁਸੀਂ ਜੀ ਕੀ ਆ ਦੱਸੋ ਇੱਕ ਦੋ ਮਿੰਟ? ਇੱਕ ਤਾਂ ਜੀ ਇਹਦੇ ਨਾਲ ਆਪਣਾ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਅਜੇ ਮਿਸ਼ਰਾ ਜੀ ਆ ਉਹ ਕੇਂਦਰੀ ਰਾਜ ਮੰਤਰੀ ਆ, ਉਹਦੇ ਉਹਨਾਂ ਨੂੰ ਜਿਹੜਾ ਵਾ ਅਹੁਦੇ ਤੋਂ ਬਰਖਾਸਤ ਕਰਕੇ ਅਤੇ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ 120B ਧਾਰਾ ਲੱਗੀ ਆ ਉਹਨਾਂ ਦੇ ਉੱਤੇ, ਉਹਨਾਂ ਨੂੰ ਜਿਹੜਾ ਵਾ ਅਹੁਦੇ ਤੋਂ ਬਰਖਾਸਤ ਕਰਕੇ ਅਤੇ ਉਹਨਾਂ ਨੂੰ ਜਿਹੜਾ ਵਾ ਕਾਨੂੰਨ ਤਹਿਤ ਸਜ਼ਾ ਦੇਣੀ ਚਾਹੀਦੀ ਆ। ਦੂਸਰੇ ਜਿਹੜੇ ਸਾਡੇ ਖੇਤੀ ਦੇ 3 ਕਾਨੂੰਨ ਰੱਦ ਕਰਕੇ ਜੋ ਪੰਜਾਬ ਦੀਆਂ ਇਸ ਵੇਲੇ ਸਾਡੀਆਂ ਫਿਲਹਾਲ ਮੁਸ਼ਕਲਾਂ ਵਾਂ, ਜਿਵੇਂ ਮੰਡੀ ਦੇ ਵਿੱਚ ਕਿਸਾਨਾਂ ਦਾ ਝੋਨਾ ਜਿਹੜਾ ਵਾ ਉਹ ਸਹੀ ਰੇਟ 'ਤੇ ਨਹੀਂ ਵਿਕ ਰਿਹਾ, ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ, ਇਹਨਾਂ ਨੂੰ ਲੈ ਕੇ ਅਸੀਂ ਜਿਹੜਾ ਕੱਲ੍ਹ ਆਪਣੇ DC ਦਫ਼ਤਰਾਂ ਦੇ ਉੱਤੇ ਜਿਹੜਾ ਧਰਨਾ ਦੇ। ਹਾਂਜੀ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ, ਮੋਦੀ ਸਰਕਾਰ ਦਾ ਅਸੀਂ ਫੂਕ ਮੁਜ਼ਾਹਰਾ ਕਰੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਲਗਾਤਾਰ ਜਿਹੜਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਾ ਲਗਾਤਾਰ ਵੱਧ ਰਹੀਆਂ, ਅੱਜ ਪੈਟਰੋਲ ਜਿਹੜਾ 110 ਰੁਪਏ ਦੇ ਨੇੜੇ ਜਿਹੜਾ ਹੋ ਗਿਆ ਅਤੇ 100 ਰੁਪਏ ਦੇ ਕਰੀਬ ਡੀਜ਼ਲ ਹੋ ਗਿਆ, ਅਤੇ ਮੋਦੀ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ, ਕਿਸਾਨਾਂ ਦੇ ਖਰਚੇ ਵੱਧ ਰਹੇ ਅਤੇ ਆਮ ਲੋਕਾਂ ਦੇ ਉੱਤੇ ਬੋਝ ਪੈ ਰਿਹਾ, ਇਸ ਕਰਕੇ ਸਰਕਾਰ ਨੇ ਜਦੋਂ ਇਹਨੂੰ ਡੀ ਕੰਟਰੋਲ ਕਰ ਦਿੱਤਾ ਅਤੇ ਆਟੋਮੈਟਿਕਲੀ ਜਿਹੜੀ ਆ ਵਾ ਇਹ ਕੀਮਤਾਂ ਵਧੀਆਂ, ਇਸੇ ਤਰ੍ਹਾਂ ਸਾਡੀ ਖੇਤੀ ਕਿੱਤੇ ਦਾ ਹਾਲ ਹੋਊਗਾ ਜਦੋਂ ਪੂਰੀ ਤਰ੍ਹਾਂ ਕਾਨੂੰਨ ਲਾਗੂ ਹੋ ਗਏ, ਇਸ ਕਰਕੇ ਸਾਡੀ ਮੰਗ ਆ ਵੀ ਇਹ ਤੁਰੰਤ ਜਿਹੜੇ 3 ਕਾਨੂੰਨ ਰੱਦ ਕੀਤੇ ਜਾਣ, MSP ਦੀ ਖਰੀਦ ਗਰੰਟੀ ਵਾਲਾ ਕਾਨੂੰਨ ਜਿਹੜਾ ਵਾ ਉਹ ਬਣਾ ਕੇ ਲਾਗੂ ਕੀਤਾ ਜਾਵੇ, ਪਰਾਲੀ ਪ੍ਰਦੂਸ਼ਣ ਜਿਹੜਾ ਐਕਟ ਆ ਅਤੇ ਬਿਜਲੀ ਐਕਟ ਉਹਨਾਂ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਸਾਡੀ ਇਹ ਮੰਗ ਆ ਪੂਰੀ ਤਰ੍ਹਾਂ ਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਵਾ ਘਟਾਈਆਂ ਜਾਣ। ਅੱਜ ਅਸੀਂ ਪੂਰੀ ਤਰ੍ਹਾਂ ਸਰਕਾਰ ਦਾ ਜਿਹੜਾ ਇੱਥੇ ਪੁਤਲਾ ਫੂਕ ਰਹੇ ਹਾਂ, ਅੰਮ੍ਰਿਤਸਰ ਹਰੀ ਕੇ ਮੁੱਖ ਮਾਰਗ ਜਿਹੜਾ ਚੱਬਾ ਚੌਂਕ ਦੇ ਵਿੱਚ ਬੰਦ ਕਰਕੇ। ਹਾਂਜੀ, ਠੀਕ ਆ ਜੀ, ਆ ਤੁਹਾਡੇ ਨਾਲ ਵਿਚਾਰ ਚਰਚਾ ਆਪਾਂ ਕਿਸਾਨਾਂ ਦੀ ਕਰਾਤੀ ਆ, ਵੱਡਾ ਇਕੱਠ ਕਰਕੇ ਜਿਹੜੀ ਤਿਆਰੀ ਕੀਤੀ ਗਈ ਆ ਕੱਲ੍ਹ ਦੀ, ਅਤੇ ਹੁਣ ਜਿਹੜਾ ਵਾ ਉਹ ਜਿਹੜਾ ਵਾ ਕਿਸਾਨ ਜਿਹੜੇ ਆ ਉਹ ਜਿਹੜਾ ਵਾ ਉਹ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਨਗੇ, ਤਾਂ ਜਿਹੜਾ ਉਦੋਂ ਬਾਅਦ ਸਮਾਪਤੀ ਹੋਊਗੀ। ਤਾਂ ਇਸ ਕਰਕੇ ਆ ਵੀ ਮੈਂ ਤੁਹਾਨੂੰ ਜਿਹੜਾ ਪੂਰਾ ਲਾਈਵ ਵਿਖਾ ਲੂੰਗਾ, ਜੁੜੇ ਰਹੋ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹਾਂਜੀ, ਅਤੇ ਇਹ ਹੁਣ ਆਪਣਾ ਪ੍ਰੋਗਰਾਮ ਕਰਨਗੇ, ਮੈਂ ਤੁਹਾਨੂੰ ਲਾਈਵ ਵਿਖਾ ਲੂੰਗਾ ਜਿਹੜੀ ਆਪਣਾ ਪ੍ਰੋਗਰਾਮ ਕਰਕੇ, ਜਿੱਥੇ ਕਰ ਲਓ ਜਿੱਥੇ ਕਰਨਾ ਤੁਸੀਂ। ਹਾਂ, ਮੁਰਦਾਬਾਦ।
आप जी जड़ा मार्ग है वह जाम किया जा रहा, जड़ा अमृतसर गगा नगर हाईवे आनू जड़े आसान जड़े आ साडे जड़े वो जाम कर रहे आ, जाम करके जड़ा वा अर्थी फूक मुजारा जड़ा वा वो किया जाना वा। तो तुसी वेख सकते वो तो वह शेयर कर दौ, यही मीडिया वा जिमें सरकार जड़ा वा वो जिमें जड़ा वा मसलियां नूं किदां उलझाउणा चाहुंदी। मैं तुहानूं दस्सा दिंदा भी सड़क बहुत ज़्यादा चलती आ, वड्डा मार्ग आ, तो वड्डे पद्धर ते इत्थे जड़ा वा ट्रैफिक जाम होणी आ। तो किसान जड़े आ ट्रैफिक जाम करके जड़ा वा अर्थी फूक मुजारा कर रहे हैं। हाँ जी नारेबाजी करते हुए किसान जी, आ जी हुण पुतले नूं जिहड़ा वा अग लाई जा रही आ, मोदी दा जिहड़ा पुतला साड़दा, वध तों वध शेयर कर दिओ भी भाई मोदी जी तुहानूं साड़न दा सिलसिला जिहड़ा वा जारी आ, छड़दे नहीं हैगे। तुसीं किन्ना मर्जी ध्यान वटाओ, मसले वड्डे वड्डे खड़े करके अंदोलन इसे तरह भराओ, जदों मौका मिलदा हुंदा इहनां दे अर्थी फूकणियां जिहड़ी आ उह छड्डिया ना करो। सो मार्ग जाम करके तुसीं वेख रहे हो मोदी सरकार दा जिहड़ा अर्थी जलाई जा रही है, जिहड़ा किसान है वह प्रदर्शन लगातार कल वाले मोर्चे की तैयारी नूं लैके वड्डा प्रदर्शन हो रहा वा। तो लगातार लाइव कर रहे भराओ, वध तों वध शेयर कर दिओ, धन्नवाद थोड़ा। मैं हुण बंद कर देना, धन्नवाद।